ਪੰਜਾਬ 'ਚ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਲਈ 22 ਅਪ੍ਰੈਲ ਨੂੰ ਜਲੰਧਰ 'ਚ ਨਾਮਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। 22 ਅਪ੍ਰੈਲ ਨੂੰ ਜਲੰਧਰ 'ਚ ਚੌਧਰੀ ਸੰਤੋਖ ਸਿੰਘ ਸੂਬੇ 'ਚ ਪਹਿਲੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ, ਜੋ ਆਪਣਾ ਨਾਮਕਰਨ ਪੱਤਰ ਦਾਖਲ ਕਰਨਗੇ ਅਤੇ ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਤਮਾਮ ਕਾਂਗਰਸ ਦੇ ਵੱਡੇ ਲੀਡਰ ਸ਼ਾਮਲ ਰਹਿਣਗੇ। ਨਾਮਕਰਨ ਤੋਂ ਪਹਿਲਾਂ ਪੁੱਡਾ ਕੰਪਲੈਕਸ 'ਚ ਵੱਡੀ ਰੈਲੀ ਵੀ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਸੁਰੱਖਿਆ ਵਿਵਸਥਾ ਹੁਣ ਤੋਂ ਹੀ ਚੌਕਸ ਹੋ ਗਈ ਹੈ। ਉਧਰ ਇਸ ਸੰਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਨੁਸਾਰ ਜ਼ਿਲ੍ਹੇ 'ਚ ਚੋਣ ਪ੍ਰਕਿਰਿਆ ਨੂੰ ਸੰਚਾਰੂ ਰੂਪ ਤੋਂ ਕਰਵਾਉਣ ਦੇ ਲਈ ਸਿਵਲ ਪੁਲਿਸ ਅਤੇ ਹੋਰ 27,000 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਾਰੇ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਨਾਲ ਕੇਵਲ 4 ਲੋਕ ਹੀ ਨਾਮਕਰਨ ਸਥਲ ਤੇ ਜਾ ਪਾਉਣਗੇ। 22 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਨੋਮੀਨੇਸ਼ਨ ਦਾ ਜਿਹੜਾ ਕੰਮ ਹੋਣਾ ਹੈ ਲੋਕ ਸਭਾ ਦੇ ਲਈ, 04 ਜਲੰਧਰ ਲੋਕ ਸਭਾ ਹਲਕੇ ਲਈ ਵੀ ਜਿਹੜੇ ਨੋਮੀਨੇਸ਼ਨ ਪੇਪਰ ਨੇ ਉਹ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ DC ਆਫਿਸ ਦੀ ਜਿਹੜੀ ਮੇਰੀ ਕੋਰਟ ਹੈਗੀ ਉਹਦੇ ਵਿੱਚ ਲਿੱਤੇ ਜਾਣਗੇ। ਇਹਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਜਿੰਨੇ ਵੀ 22 ਤੋਂ ਲੈ ਕੇ 29 ਤੱਕ ਵਰਕਿੰਗ ਡੇ ਆਉਣਗੇ, ਸਿਰਫ 27 ਅਤੇ 28 ਸੈਟਰਡੇ ਸੰਡੇ ਨੂੰ ਛੱਡ ਕੇ ਹਰ ਰੋਜ਼ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤੋਂ ਬਾਅਦ 3 ਵਜੇ ਤੱਕ ਨੋਮੀਨੇਸ਼ਨ ਪੇਪਰ ਮੇਰੀ ਅਦਾਲਤ ਦੇ ਵਿੱਚ ਸਵੀਕਾਰ ਕੀਤੇ ਜਾਇਆ ਕਰਨਗੇ। ਇੱਕ ਕੈਂਡੀਡੇਟ ਜਿਹੜਾ ਹੈਗਾ ਸਾਡਾ ਗੇਟ ਨੰਬਰ 4, ਹਰੇਕ ਕੈਂਡੀਡੇਟ ਨੂੰ ਸਿਰਫ ਉਸ ਪਾਸੇ ਆਉਣ ਦੀ ਇਜਾਜ਼ਤ ਹੋਊਗੀ। ਇੱਕ ਕੈਂਡੀਡੇਟ ਦੇ ਨਾਲ 3 ਵਹੀਕਲ ਐਟ ਏ ਟਾਈਮ ਅੰਦਰ ਆ ਸਕਦੇ ਨੇ ਔਰ 5 ਵਿਅਕਤੀ ਕੈਂਡੀਡੇਟ ਪਲੱਸ 4 ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਨੋਮੀਨੇਸ਼ਨ ਰੂਮ ਤੱਕ ਆਉਣ ਦੀ ਆਗਿਆ ਹੋਏਗੀ ਜਿਹੜੀ ਮੇਰੀ ਕੋਰਟ ਹੈਗੀ ਹੈ। ਔਰ ਇਸ ਸਮੇਂ ਦੌਰਾਨ ਮੈਂ ਖੁਦ ਇੱਥੇ ਬੈਠਾਂਗੇ, ਪਰ ਕਿਸੇ ਵਜ੍ਹਾ ਕਰਕੇ ਅਗਰ ਨਾ ਬੈਠਾਂ ਤਾਂ SDM 2 ਜਿਹੜੇ ਪਰਮਵੀਰ ਸਿੰਘ IAS ਨੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਨੋਮੀਨੇਸ਼ਨ ਪੇਪਰ ਉਸ ਸਮੇਂ ਦੇ ਦੌਰਾਨ ਲੈ ਸਕਦੇ ਆ ਮੇਰੀ ਗੈਰਹਾਜ਼ਰੀ ਦੇ ਦੌਰਾਨ। ਔਰ ਇਸ ਦੇ ਲਈ ਮੌਕੇ 'ਤੇ ਵੀ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜੇ ਕੋਈ ਚਾਹੇ ਤਾਂ ਪਹਿਲਾਂ ਟ੍ਰੇਜਰੀ ਜਾਂ ਬੈਂਕ ਦੇ ਵਿੱਚ ਵੀ ਜਿਹੜਾ ਹੈਗਾ ਚਲਾਨ ਰਾਹੀਂ ਫੀਸ ਜਮ੍ਹਾਂ ਕਰਾ ਕੇ ਆ ਸਕਦੇ ਨੇ। ਔਰ ਕੈਂਡੀਡੇਟਸ ਦੀ ਸੁਵਿਧਾ ਦੇ ਲਈ ਸਾਡਾ ਦਫ਼ਤਰ ਅੱਜ ਅਤੇ ਕੱਲ੍ਹ ਖੁੱਲ੍ਹਾ ਰਹੇਗਾ। ਨੋਮੀਨੇਸ਼ਨ ਸੈੱਟ ਅਗਰ ਕੋਈ ਕੈਂਡੀਡੇਟ ਲੈਣਾ ਚਾਹੁੰਦੇ ਆ ਤਾਂ ਇਲੈਕਸ਼ਨ ਤਹਿਸੀਲਦਾਰ ਤੋਂ ਪ੍ਰਾਪਤ ਕਰ ਸਕਦੇ ਆ। ਇਸ ਤੋਂ ਇਲਾਵਾ ਜਿਹੜੀ ਆ ਸਰਟੀਫਾਈਡ ਕਾਪੀਆਂ ਨੇ ਵੋਟਰ ਲਿਸਟਾਂ ਦੀਆਂ, ਜਿਹੜੀਆਂ ਕਿ ਜ਼ਰੂਰਤ ਹੁੰਦੀ ਹੈ ਚੋਣ ਦਾ ਫੋਰਮ ਭਰਨ ਦੇ ਲਈ, ਔਰ ਜਿਹੜੇ ਸਪੋਰਟਰਸ ਨੇ ਜਿਹੜੇ ਕਿ ਪ੍ਰਪੋਜ਼ਰਸ ਨੇ ਉਹਨਾਂ ਨੂੰ ਵੀ ਲੋੜ ਹੁੰਦੀ ਹੈ, ਉਹ ਵੀ ਦੇਣ ਦੀਆਂ ਹਦਾਇਤਾਂ ਇਲੈਕਸ਼ਨ ਤਹਿਸੀਲਦਾਰ ਨੂੰ ਕਰ ਦਿੱਤੀਆਂ ਗਈਆਂ ਨੇ। ਪੂਰੇ ਪ੍ਰਬੰਧ ਮੁਕੰਮਲ ਨੇ, CP ਸਾਹਿਬ ਵੱਲੋਂ ਸੁਰੱਖਿਆ ਦਾ ਜਿਹੜਾ ਹੈਗਾ ਪੂਰਾ ਇੰਤਜ਼ਾਮ ਕਰ ਲਏ ਗਏ ਨੇ ਔਰ ਪੂਰਾ ਡੈਕੋਰਮ ਬਣਾ ਕੇ ਰੱਖਿਆ ਜਾਏਗਾ, ਸਾਰਿਆਂ ਨੂੰ ਲੈਵਲ ਪਲੇਇੰਗ ਫੀਲਡ ਜਿਹੜਾ ਹੈਗਾ ਦਿੱਤਾ ਜਾਵੇਗਾ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਸਾਇੰਸ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਇੰਸ ਟੀਵੀ।